ਸਤਿ ਸ਼੍ਰੀ ਅਕਾਲ, ਸਿੱਖ ਟੀਵੀ ਦੇਖ ਰਹੇ ਤੁਸੀਂ, ਮੈਂ ਤੁਹਾਡੇ ਨਾਲ ਰਣਜੀਤ ਕੌਰ ਅਤੇ ਸ਼ੁਰੂਆਤ ਕਰਾਂਗੇ ਅੱਜ ਦੀਆਂ ਅਹਿਮ ਖਬਰਾਂ ਦੇ ਨਾਲ। ਰਾਜਧਾਨੀ ਦਿੱਲੀ ਦੀ ਇੱਕ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਹਦਾਇਤ ਕੀਤੀ ਹੈ ਕਿ ਉਹ ਸਾਫ਼ ਤੌਰ 'ਤੇ ਦੱਸੇ ਉਹ ਝੂਠ ਬੋਲਣ ਵਾਲੀ ਮਸ਼ੀਨ ਰਾਹੀਂ ਲਾਈ ਡਿਟੈਕਟ ਟੈਸਟ ਕਰਵਾਉਣਾ ਚਾਹੁੰਦੇ ਨਹੀਂ ਜਾਂ ਨਹੀਂ। ਇਹ ਹੁਕਮ ਅਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਸ਼ਿਵਾਲੀ ਸ਼ਰਮਾ ਨੇ ਜਾਰੀ ਕੀਤਾ। ਜੱਜ ਨੇ ਕਿਹਾ ਕਿ ਕੋਈ ਬਾਸ਼ਰਤ ਰਾਜ਼ਾਮੰਦੀ ਨਹੀਂ ਚਾਹੁੰਦੀ। ਉਹਨਾਂ ਟਾਈਟਲਰ ਨੂੰ ਕਿਹਾ ਕਿ ਉਹ ਹਲਫਨਾਮਾ ਦਾਖਲ ਕਰਨੀ ਜਾਂ ਫਿਰ ਨਿੱਜੀ ਰੂਪ ਵਿੱਚ ਅਦਾਲਤ ਵਿੱਚ ਪੇਸ਼ ਹੋਣ, ਅਤੇ ਇਸ ਸੰਬੰਧੀ HS ਫੁਲਕਾ ਨੇ ਵੀ ਸਾਰੀ ਗੱਲ ਨੂੰ ਸਾਫ਼ ਕੀਤਾ। ਟਾਈਟਲ ਨੇ ਕਿਹਾ ਥਾ ਕਿ ਜੇ ਐਪਲੀਕੇਸ਼ਨ ਡਿਸਮਿਸ ਕਰ ਦੇਣੀ ਚਾਹੀਏ, ਜੇ ਵਰਜੀਨੇਬਲ ਨਹੀਂ ਹੈ, ਤੋ ਕੋਰਟ ਨੇ ਟਾਈਟਲ ਕਾ ਓਬਜੈਕਸ਼ਨ ਰਿਜੈਕਟ ਕਰ ਦਿਆ ਔਰ ਕੋਰਟ ਨੇ ਕਿਹਾ ਹੈ ਕਿ CBI ਕੀ ਜੋ ਲਾਈਟ ਡਿਟੈਕਟਰ ਟੈਸਟ ਮੰਗਣੇ ਕੀ ਐਪਲੀਕੇਸ਼ਨ ਹੈ ਵੋ ਵਰਜੀਨੇਬਲ ਹੈ ਔਰ ਅਬ ਟਾਈਟਲ ਕੋ ਔਰ ਅਭਿਸ਼ੇਕ ਵਰਮਾ ਕੋ ਟਾਈਮ ਦਿਆ ਦੋ ਹਫ਼ਤੇ ਕਾ ਕਿ ਵੋ ਕੋਰਟ ਮੇਂ ਪੇਸ਼ ਹੋ। ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਉਹਨਾਂ ਨੂੰ ਵਟਸਐਪ 'ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲਣ ਦੀ ਗੱਲ ਕਹੀ ਹੈ। ਮਿਸ਼ਰਾ ਨੇ ਦੱਸਿਆ ਕਿ ਇਹ ਧਮਕੀ ਭਰਿਆ ਫੋਨ ਇੰਟਰਨੈਸ਼ਨਲ ਨੰਬਰ ਤੋਂ ਆਇਆ। ਤੁਹਾਨੂੰ ਦੱਸਦੀਏ ਕਿ ਕਪਿਲ ਭੁੱਖ ਹੜਤਾਲ 'ਤੇ ਬੈਠੇ ਨੇ। ਮੰਗਲਵਾਰ ਨੂੰ ਉਹਨਾਂ ਨੇ ਮੀਡੀਆ ਸਾਹਮਣੇ ਇਹ ਗੱਲ ਕਹੀ ਹੈ ਕਿ ਉਹ ਭੁੱਖ ਹੜਤਾਲ 'ਤੇ ਬੈਠਣਗੇ ਅਤੇ ਉਸ ਸਮੇਂ ਤੱਕ ਭੁੱਖ ਹੜਤਾਲ ਜਾਰੀ ਰੱਖਣਗੇ ਜਦੋਂ ਤੱਕ ਸਾਰੀਆਂ ਫਾਈਲਾਂ ਸਾਰਵਜਨਿਕ ਨਹੀਂ ਕੀਤੀਆਂ ਜਾਂਦੀਆਂ। ਜ਼ਿਕਰਯੋਗ ਹੈ, ਕਪਿਲ ਮੰਗਲਵਾਰ ਨੂੰ CBI ਦਫ਼ਤਰ ਪਹੁੰਚੇ ਅਤੇ ਉਹਨਾਂ ਨੇ 3 ਸ਼ਿਕਾਇਤਾਂ CBI ਨੂੰ ਕੇਜਰੀਵਾਲ ਦੇ ਖਿਲਾਫ਼ ਸੌਂਪੀਆਂ ਸਨ। ਦੇਖੀਏ, ਇੱਕ ਅੰਤਰਰਾਸ਼ਟਰੀ ਨੰਬਰ ਤੇ ਮੇਰੇ ਪਾਸ ਕਾਲ ਆਈ ਔਰ ਉਸਕੇ ਬਾਅਦ ਧਮਕੀ ਆਈ, ਗੋਲੀ ਮਾਰਨੇ ਕੀ ਧਮਕੀ ਦੀ ਹੈ। ਲੇਕਿਨ ਮੈਂ ਇਹ, ਮੇਰੇ ਕੋ ਮਾਲੂਮ ਹੈ ਜੋ ਮੈਂ ਕਰ ਰਹਾ ਹੂੰ ਉਸਮੇ ਇਹ ਸਾਰੀ ਚੀਜ਼ਾਂ ਤਾਂ ਹੋਣੀ ਹੈ, ਕੋਈ ਬਹੁਤ ਬੜੀ ਬਾਤ ਨਹੀਂ। ਸ਼ਿਕਾਇਤ ਨੰਬਰ ਹੈ, ਨੰਬਰ ਆਪਕੋ ਬਤਾ ਦਿਆ। ਇਹ ਇਸ ਪ੍ਰਕਾਰ ਦੇਖੀਏ, ਕੁਛ ਲੋਕ ਅੰਧ ਭਕਤ ਹੈ, ਉਨ ਲੋਗੋ ਕੋ ਇਸ ਪ੍ਰਕਾਰ ਕੀ ਧਮਕੀਆਂ ਦੇਣੀ ਆਤੀ ਔਰ ਅਬ ਤੋ ਮੈਨੇ ਅੰਤਰਰਾਸ਼ਟਰੀ ਯਾਤਰਾਓਂ ਕਾ ਡਿਟੇਲ ਮੰਗੇ ਹੈ, ਤੋ ਅੰਤਰਰਾਸ਼ਟਰੀ ਸਤਰ ਸੇ ਇਸ ਪ੍ਰਕਾਰ ਕੀ ਧਮਕੀਆਂ ਆਏ, ਕੁਛ ਲੋਗੋ ਕੋ ਪਰੇਸ਼ਾਨੀ ਹੋ, ਇਹ ਸੁਭਾਵਿਕ ਹੈ, ਮੇਰੇ ਮੇਂ ਕੋਈ ਡਰ ਨਹੀਂ ਹੈ। ਇੱਕ ਮਹੱਤਵਪੂਰਨ ਫੈਸਲੇ 'ਚ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਇਸਲਾਮ ਵਿੱਚ 3 ਤਲਾਕ ਦੀ ਪ੍ਰਥਾ ਨੂੰ ਚੱਲਦਾ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਮੁਸਲਿਮ ਵਿਆਹ ਅਜਿਹੇ ਇਕਰਾਰਨਾਮੇ ਨੇ ਜਿਨ੍ਹਾਂ ਨੂੰ ਆਪਣੇ ਜੀਵਨ ਦੀ ਸਹਿਮਤੀ ਤੋਂ ਬਿਨਾਂ ਪਤੀਆਂ ਵੱਲੋਂ ਇੱਕ ਤਰਫਾ ਤੌਰ 'ਤੇ ਰੱਦ ਨਹੀਂ ਕੀਤਾ ਜਾ ਸਕਦਾ। ਜਦਕਿ ਦੂਜੇ ਪਾਸੇ ਮੁਸਲਿਮ ਔਰਤਾਂ ਨੂੰ 3 ਤਲਾਕ ਵਰਗੀਆਂ ਕੁਰੀਤੀਆਂ ਤੋਂ ਮੁਕਤੀ ਦਿਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਇਸੇ ਕਦਮ ਵਿੱਚ ਮੰਗਲਵਾਰ ਨੂੰ ਉਹਨਾਂ ਨੇ ਜ਼ਮੀਅਤ ਉਲਮਾ ਦੇ ਹਿੰਦ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਸਿੱਧੇ ਤੌਰ 'ਤੇ ਅਪੀਲ ਕੀਤੀ ਕਿ ਇਸ ਵਿੱਚ ਸੁਧਾਰ ਲਈ ਕਦਮ ਉਠਾਉਣ। ਮੱਧ ਪ੍ਰਦੇਸ਼ ਸੂਬੇ ਵਿੱਚ ਵਸਦੇ ਸਿਕਲੀ ਘਰ ਸਿੱਖ ਪਰਿਵਾਰ ਆਪਣਾ ਧਰਮ ਬਦਲਣ ਲਈ ਮਜਬੂਰ ਨੇ, ਕਿਉਂਕਿ ਇੱਥੇ ਵਸਦੇ ਸਿਕਲੀ ਘਰ ਸਿੱਖਾਂ ਦੇ ਦੱਸਣ ਮੁਤਾਬਕ ਸੂਬੇ ਦੀ ਪੁਲਿਸ ਦਾੜੀ ਅਤੇ ਦਸਤਾਰ ਦੇਖ ਕੇ ਉਹਨਾਂ ਨੂੰ ਗੈਰ ਕਾਨੂੰਨੀ ਹਥਿਆਰਾਂ ਦਾ ਤਸਕਰ ਕਹਿ ਕੇ ਅਤਿਆਚਾਰ ਕਰਦੀ ਹੈ। 5 ਤੋਂ 20 ਅਪ੍ਰੈਲ ਤੱਕ ਪੁਲਿਸ ਨੇ ਸੂਬੇ ਅੰਦਰ ਗੈਰ ਕਾਨੂੰਨੀ ਹਥਿਆਰਾਂ ਖਿਲਾਫ਼ ਮੁਹਿੰਮ ਛੇੜੀ ਸੀ। ਇਸੇ ਤਹਿਤ ਬੁਰਹਾਨਪੁਰ ਜ਼ਿਲ੍ਹੇ ਦੇ ਪਿੰਡ ਪਚੋਰੀ ਵਾਸੀਆਂ ਨੂੰ ਖਾਸ ਤੌਰ 'ਤੇ ਪਰੇਸ਼ਾਨ ਕੀਤਾ ਗਿਆ। ਪੁਲਿਸ ਲਗਾਤਾਰ 3 ਦਿਨ ਪਿੰਡ ਵਿੱਚ ਛਾਣਬੀਨ ਕਰਦੀ ਰਹੀ। ਜੋ ਵੀ ਦਸਤਾਰਧਾਰੀ ਸਿੱਖ ਉਹਨਾਂ ਨੂੰ ਦਿਖਿਆ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਨੇ ਕੁੱਟਮਾਰ ਕਰਕੇ ਅਤਿਆਚਾਰ ਕੀਤਾ। ਸਿਕਲੀ ਘਰ ਸਿੱਖਾਂ ਮੁਤਾਬਕ ਹਾਲਾਤ ਇੰਨੇ ਬਦਤਰ ਹੋ ਚੁੱਕੇ ਨੇ ਕਿ ਉਹਨਾਂ ਨੂੰ ਜੰਗਲਾਂ ਜਾਂ ਫਿਰ ਹੋਰ ਥਾਵਾਂ 'ਤੇ ਲੁਕ ਛੁਪ ਕੇ ਰਹਿਣਾ ਪੈ ਰਿਹਾ ਅਤੇ 2 ਵਕਤ ਦੀ ਰੋਟੀ ਲਈ ਵੀ ਪਰੇਸ਼ਾਨ ਹੋ ਰਹੇ ਨੇ। ਅਕਾਲੀ ਦਲ, BJP ਅਤੇ ਆਪ ਵਰਕਰਾਂ ਉੱਤੇ ਕਾਂਗਰਸੀ ਆਗੂ ਨੇ ਜਾਨਲੇਵਾ ਹਮਲਾ ਕਰਨ ਦਾ ਇਲਜ਼ਾਮ ਲਾਇਆ। ਹਮਲੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਜ਼ਖਮੀ ਹਾਲਤ ਵਿੱਚ ਕਾਂਗਰਸੀ ਵਰਕਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਮਲੇ ਦੀ ਸਾਰੀ ਘਟਨਾ ਨੇੜੇ ਲੱਗੇ CCTV ਕੈਮਰੇ ਵਿੱਚ ਕੈਦ ਹੋਈ ਹੈ। ਪੀੜਿਤ ਕਮਲ ਰਾਜਪਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਕਿ ਜਦੋਂ ਆਪਣਾ ਸਕੂਟਰ ਟਿੱਕ ਕਰਵਾ ਰਿਹਾ ਸੀ ਤਾਂ ਕੁਝ ਹਥਿਆਰਬੰਦ ਬੰਦਿਆਂ ਨੇ ਉਸ 'ਤੇ ਅਚਾਨਕ ਹਮਲਾ ਕਰ ਦਿੱਤਾ।
ਤੇ 9 ਮਈ ਯਾਨੀ ਕਿ ਅੱਜ ਕੈਨੇਡਾ ਦੇ ਸੂਬੇ BC ਚ 87 ਸੀਟਾਂ ਤੇ ਵੋਟਾਂ ਦੇ ਨਤੀਜੇ ਜਾਰੀ ਨੇ। ਇੱਥੇ NDP ਅਤੇ ਲਿਬਰਲ ਪਾਰਟੀ ਵਿਚਕਾਰ ਸਖਤ ਮੁਕਾਬਲਾ ਚੱਲ ਰਿਹਾ। ਸਰੀ ਦੇ ਨਿਊਟਨ ਚ NDP ਵੱਲੋਂ ਪੰਜਾਬੀ ਉਮੀਦਵਾਰ ਹੈਰੀ ਬੈਂਸ ਨੇ ਅਤੇ ਉਹ ਹੁਣ ਤੱਕ ਵੱਡੀ ਲੀਡ ਬਣਾ ਚੁੱਕੇ ਨੇ। ਉਮੀਦ ਕੀਤੀ ਜਾ ਰਹੀ ਹੈ ਕਿ ਉਸ ਸੀਟ ਤੋਂ ਜਿੱਤ ਹਾਸਲ ਕਰਨਗੇ। ਹੁਣ ਤੱਕ ਇੱਥੋਂ 59 ਬੈਲਟ ਬਾਕਸ ਵਿੱਚੋਂ 58 ਦੇ ਨਤੀਜੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਵਿੱਚ 4906 ਵੋਟਾਂ ਹੈਰੀ ਬੈਂਸ ਪ੍ਰਾਪਤ ਕਰ ਚੁੱਕੇ ਨੇ, ਜਦੋਂ ਕਿ ਦੂਜੇ ਨੰਬਰ 'ਤੇ ਲਿਬਰਲ ਪਾਰਟੀ ਦੇ ਉਮੀਦਵਾਰ ਗੁਰਮਿੰਦਰ ਸਿੰਘ ਪਰਿਹਾਰ ਨੇ ਉਹਨਾਂ ਨੇ ਹੁਣ ਤੱਕ 2537 ਵੋਟਾਂ ਹਾਸਲ ਕੀਤੀਆਂ ਨੇ ਅਤੇ ਤੀਜੇ ਨੰਬਰ 'ਤੇ ਆਜ਼ਾਦ ਉਮੀਦਵਾਰ ਬਲਪ੍ਰੀਤ ਸਿੰਘ ਬੱਲ ਨੇ। ਅਤੇ ਪੰਜਾਬੀ ਖਬਰਾਂ ਬੁਲੇਟਿਨ 'ਚ ਮਿਲਦੇ ਇਜਾਜ਼ਤ, ਨਵੀਆਂ ਅਤੇ ਤਾਜ਼ਾ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਹੋ ਸਿੱਖ TV। ਧੰਨਵਾਦ।